ਅੰਮ੍ਰਿਤਸਰ ਸਿਟੀ ਮੇਰੇ ਨਾਲ ਅੱਜ ਦੀ ਪ੍ਰੈਸ ਕਾਨਫਰੰਸ ਬਾਰੇ ਦੱਸੋ। ਅੱਜ ਦੀ ਪ੍ਰੈਸ ਕਾਨਫਰੰਸ ਅਸੀਂ ਤੁਹਾਨੂੰ ਪਤਾ ਹੈ ਕਿ ਸਾਲ ਪਹਿਲਾਂ ਦਸਹਿਰੇ ਵਾਲੇ ਦਿਨ ਕੱਲ ਦਸਹਿਰਾ ਹੈ ਬੜਾ ਦਰਦਨਾਕ ਹਾਦਸਾ ਹੋਇਆ ਅੰਮ੍ਰਿਤਸਰ ਦੇ ਵਿੱਚ ਜਿਹਦੇ ਰੇਲਵੇ ਟਰੈਕ ਲੋਕ ਕੁਝ 300-400 ਲੋਕ ਬੈਠ ਖੜੇ ਸੀ ਦਸਹਿਰਾ ਦੇਖ ਰਹੇ ਸੀ ਔਰ ਉਹਦੇ ਤੋਂ ਟ੍ਰੇਨ ਨਿਕਲ ਜਾਂਦੀ ਹੈਗੀ ਹੈ ਔਰ 70 ਬੰਦਿਆਂ ਦੀ ਕੈਜੁਅਲਟੀ ਹੋ ਜਾਂਦੀ ਹੈ। ਉਹ ਜਿਹੜਾ ਫੰਕਸ਼ਨ ਚੱਲ ਰਿਹਾ ਸੀ ਰਾਮਲੀਲਾ ਦਾ ਮਿੱਠੂ ਮੈਦਾਨ ਕਾਂਗਰਸ ਦੇ ਕੌਂਸਲਰ ਔਰ ਉਹਦੇ ਚੀਫ ਜੈਕ ਸੀ ਮੈਡਮ ਸਿੱਧੂ ਉਹਨਾਂ ਦੀ ਬਹੁਤ ਲਾਪਰਵਾਹੀ ਹੈ। ਰੇਲਵੇ ਟਰੈਕ 'ਤੇ ਬੰਦੇ ਬੈਠੇ ਨੇ LCD ਰੇਲਵੇ ਸਾਈਡ 'ਤੇ ਲਗਾਤੀ ਗਈ ਔਰ ਜਿਹਦਾ ਕਾਰਨ ਹੈ ਕਿ ਕੈਜੁਅਲਟੀਸ ਹੋ ਜਾਂਦੀ ਹੈ। ਇਹਦੇ ਨਾਲ ਰੇਲਵੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੈ। ਟ੍ਰੇਨ ਬਹੁਤ ਹਾਈ ਸਪੀਡ 'ਤੇ ਨਿਕਲ ਜਾਂਦੀ ਲੋਕਾਂ ਨੂੰ ਕੁਚਲਦੀ ਹੋਈ ਨਾ ਰੇਲਵੇ ਜਿਹੜਾ ਫਾਟਕ ਦਾ ਮੈਨ ਹੈ ਉਹ ਵੀ ਇਨਫੋਰਮ ਨਹੀਂ ਕਰਦਾ ਔਰ ਨਾ ਡਰਾਈਵਰ ਉਹਨੂੰ ਬ੍ਰੇਕ ਮਾਰਦਾ ਹੈ। ਤੀਸਰਾ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਹੈਗਾ SHO ਮੌਕੇ 'ਤੇ ਤੈਨਾਤ ਨੇ ASC ਸਾਹਿਬ ਨੇ 20 ਬੰਦੇ ਦਾ ਅਮਲਾ ਲੱਗਾ ਹੈ ਕੋਈ ਉਹਨਾਂ ਨੂੰ ਟਰੈਕ ਤੋਂ ਹਟਾਉਣ ਦੀ ਕੋਸ਼ਿਸ਼ ਨਹੀਂ ਕਰਦਾ ਔਰ ਸਾਡੀ ਪਾਰਟੀ ਦਾ ਮੰਨਣਾ ਹੈ ਆਹ ਤਿੰਨੇ ਹੀ ਪਾਰਟੀਆਂ ਕਲਪਿਟ ਨੇ ਔਰ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ 'ਤੇ ਇਨਕੁਆਇਰੀ ਬੈਠਣੀ ਚਾਹੀਦੀ ਹੈ ਔਰ ਦੂਸਰੇ ਪਾਸੇ ਇੱਕ ਪ੍ਰਸ਼ਾਸਨ ਇਨਕੁਆਇਰੀ ਬਿਠਾਉਂਦੀ ਹੈ ਜਿਹਦੇ 'ਤੇ ਕਰੋੜਾਂ ਰੁਪਏ ਖਰਚ ਹੁੰਦੇ ਆ ਤਾਂ ਰਿਜ਼ਲਟ ਅੱਜ ਦੀ ਤਰੀਕ ਤੱਕ ਕੁਛ ਨਹੀਂ ਹੈ ਔਰ ਅਸੀਂ ਆਪਣੀ ਪਾਰਟੀ ਦੇ ਹੈੱਡ ਤੋਂ ਡਿਮਾਂਡ ਕਰਦੇ ਹਾਂ ਪਲੇਟਫਾਰਮ ਤੋਂ ਕਿ ਇਹਦੀ ਇਨਕੁਆਇਰੀ CBI ਤੋਂ ਹੋਣੀ ਚਾਹੀਦੀ ਹੈ ਔਰ ਜਿੰਨੇ ਵੀ ਵਿਕਟਿਮ ਪਰਿਵਾਰ ਹੈ ਕਿਉਂਕਿ ਸਿੱਧੂ ਸਾਹਿਬ ਨੇ ਵਾਅਦਾ ਕੀਤਾ CM ਸਾਹਿਬ ਨੇ ਵਾਅਦਾ ਕੀਤਾ ਕਿ ਹਰ ਪਰਿਵਾਰ 'ਚ ਇੱਕ ਬੰਦੇ ਨੂੰ ਨੌਕਰੀ ਦੇਵਾਂਗੇ ਹਰ ਪਰਿਵਾਰ 'ਚ ਇੱਕ ਬੰਦੇ ਨੂੰ ਨੌਕਰੀ ਮਿਲਣੀ ਚਾਹੀਦੀ ਆ ਔਰ ਘੱਟ ਤੋਂ ਘੱਟ ਮੁਆਵਜ਼ਾ 25 ਲੱਖ ਰੁਪਏ ਮਿਲਣਾ ਚਾਹੀਦਾ। ਸਿੱਧੂ ਸਾਹਿਬ ਨੇ ਤੁਹਾਡੀ ਸਿੱਧੂ ਸਾਹਿਬ ਨੇ ਜਿਹੜੇ ਬੱਚੇ ਅਡੋਪਟ ਕੀਤੇ ਸੀ ਸਰ ਮੈਨੂੰ ਤਾਂ ਨਹੀਂ ਪਤਾ ਕੋਈ ਬੱਚਾ ਅਡੋਪਟ ਕੀਤਾ ਕੋਈ ਇਨਸਾਨ ਇੰਨਾ ਝੂਠ ਬੋਲ ਸਕਦਾ ਹੈਗਾ ਲਾਨਤ ਹੈਗੀ ਉਹਨਾਂ 'ਤੇ। ਮੈਡਮ ਸਿੱਧੂ ਕਹਿ ਰਹੀ ਹੈ ਕਿ ਹਰ ਬੰਦੇ ਨੂੰ ਨੌਕਰੀ ਵੀ ਦੇ ਦਿੱਤੀ ਗਈ ਹੈ ਔਰ ਮੇਰੇ ਕੋਲ ਫਾਈਲ ਤਿਆਰ ਪਈ ਹੈਗੀ ਹੈ CM ਸਾਹਿਬ ਦੇ ਆਰਡਰ ਹੋ ਗਏ ਨੇ ਉਹ ਫਾਇਰ ਬ੍ਰਿਗੇਡ 'ਚ ਹਰ ਬੰਦੇ ਨੂੰ ਨੌਕਰੀ ਮਿਲੇਗੀ। ਕਮਾਲ ਹੈ ਗੱਲ ਇੱਕ ਪਾਸੇ ਸਿੱਧੂ ਸਾਹਿਬ ਝੂਠ ਬੋਲ ਰਹੇ ਆ ਕਿ ਮੈਂ ਹਰ ਬੰਦੇ ਨੂੰ ਅਡੋਪਟ ਕਰਾਂਗਾ ਉਹਨਾਂ 'ਤੇ ਇਸ ਤੋਂ ਬਾਅਦ ਕਿਹਾ ਸੀ ਮੈਂ ਪੈਨਸ਼ਨ ਵੀ ਦੇਵਾਂਗਾ ਸ਼ਾਇਦ 8-10 ਹਜ਼ਾਰ ਪੈਨਸ਼ਨ ਵੀ ਦੇਵਾਂਗਾ ਮੈਨੂੰ ਪਤਾ ਲੱਗਾ 2-3 ਮਹੀਨੇ ਦਿੱਤੀ ਉਹਨਾਂ ਨੇ ਅਤੇ ਉਸ ਤੋਂ ਬਾਅਦ ਹੁਣ 2000 ਰੁਪਏ ਸ਼ਾਇਦ ਇੱਕ 2 ਪਰਿਵਾਰਾਂ ਨੂੰ ਦੇ ਰਹੇ ਨੇ ਕਿਆ ਮਜ਼ਾਕ ਉਡਾ ਰਹੇ ਹੋ ਤੁਸੀਂ। ਤੋ ਮੇਰਾ ਖਿਆਲ ਹੈ ਸਿੱਧੂ ਸਾਹਿਬ ਉਹ ਦਿਨ ਲੱਦ ਗਏ ਬੜੇ ਜੁਮਲੇ ਲੋਕਾਂ ਨੇ ਤੁਹਾਡੇ ਸੁਣ ਲਏ ਅਤੇ ਲੋਕਾਂ ਦੇ ਦਰਦ ਦੇ ਵਿੱਚ ਵੀ ਤੁਸੀਂ ਜੁਮਲੇਬਾਜ਼ੀ ਕਰ ਰਹੇ ਹੋ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਬਹੁਤ। ਤੋ ਲੋਕੀ ਤੁਹਾਨੂੰ ਈਸਟ ਦੇ ਲੋਕੀ ਬਿਲਕੁਲ ਮਾਫ਼ ਨਹੀਂ ਕਰਨਗੇ ਸਰ ਈਸਟ ਕਿਹਾ ਤੁਹਾਨੂੰ ਸਾਰੇ ਪੰਜਾਬ ਦਾ ਕੋਈ ਵਿਅਕਤੀ ਮਾਫ਼ ਨਹੀਂ ਕਰੇਗਾ। ਸਰ ਦੁਸਹਿਰਾ ਹੈਗਾ ਵਾ ਦੁਸਹਿਰੇ ਵਿੱਚ ਬੱਚਿਆਂ ਲੋਕੀ ਆਉਂਦੇ ਆ ਦੁਸਹਿਰਾ ਵੇਖਣ ਕੀ ਦੱਸਦੇ ਨੇ ਦਿੰਦੇ। ਦੇਖੋ ਮੈਂ ਅੱਜ ਕਹਿਣਾ ਚਾਹ ਰਿਹਾ ਹੈਗਾ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਕਿ ਉਸ ਹਾਦਸੇ ਤੋਂ ਸਿੱਖਣਾ ਚਾਹੀਦਾ। ਕੱਲ੍ਹ ਦੁਸਹਿਰਾ ਹੈ ਔਰ ਟੋਟਲ ਜਿੰਨੀ ਰੇਲਵੇ ਲਾਈਨਸ ਹੈਗੀਆਂ ਪੰਜਾਬ ਗੌਰਮੈਂਟ ਨੂੰ ਸੈਂਟਰ ਗੌਰਮੈਂਟ ਨੂੰ ਅਲਰਟ ਜਾਰੀ ਕਰ ਦੇਣਾ ਚਾਹੀਦਾ ਹੈ ਜਿੰਨੇ ਰੇਲਵੇ ਸਟੇਸ਼ਨ ਨੂੰ ਕਹਿ ਦੇਣਾ ਚਾਹੀਦਾ ਕਿ ਉਹਦੇ ਨਜ਼ਦੀਕ ਘੱਟ ਤੋਂ ਘੱਟ 1 ਕਿਲੋਮੀਟਰ ਦੇ ਜਾਂ 10 ਕਿਲੋਮੀਟਰ ਦੇ ਕੋਈ ਵੀ ਐਸਾ ਫੰਕਸ਼ਨ ਦੁਸਹਿਰੇ ਦਾ ਫੰਕਸ਼ਨ ਨਾ ਹੋਵੇ। ਆਮ ਆਦਮੀ ਪਾਰਟੀ ਵੱਲੋਂ ਕੀ ਉਪਰਾਲਾ ਕੀਤਾ? ਆਮ ਆਦਮੀ ਪਾਰਟੀ ਵੱਲੋਂ ਉਪਰਾਲਾ ਹੈ ਅਸੀਂ ਵਿਕਟਮ ਦੇ ਨਾਲ ਖੜ੍ਹੇ ਹੈਗੇ ਹੈ। ਅੱਜ ਵਿਕਟਮ ਉਹ ਕੈਂਡਲ ਮਾਰਚ ਕਰ ਰਹੇ ਹਾਂ ਅਸੀਂ ਉਹਦਾ ਵੀ ਪਾਰਟ ਹੈ ਕੱਲ੍ਹ ਉਹ ਧਰਨਾ ਦੇ ਰਹੇ ਹੈ ਅਸੀਂ ਉਹਦੇ ਉਹ 'ਚ ਵੀ ਉਹਨਾਂ ਦੀ ਮਦਦ ਕਰ ਰਹੇ ਹਾਂ ਔਰ ਅਸੀਂ ਇਹਨਾਂ ਦੇ ਕੇਸ ਕਿਉਂਕਿ ਇਹਨਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਸਾਡੀ ਪਾਰਟੀ ਹਾਈ ਕੋਰਟ 'ਚ ਲੈ ਕੇ ਜਾਏਗੀ। ਠੀਕ ਹੈ ਇਹਨਾਂ ਨੂੰ ਜੁਡੀਸ਼ਰੀ ਤੋਂ ਅਸੀਂ ਇਨਸਾਫ਼ ਦੇਵਾਂਗੇ। ਠੀਕ ਹੈ ਧੰਨਵਾਦ। ਦਿਸ ਇਜ਼ ਸੈਵਨ ਲਾਈਨਸ ਕਰੋ ਐਂਡ ਯੂ ਵਾਚਿੰਗ ਲਾਈਟ ਆਫ ਨੇਸ਼ਨ ਆਪ ਦੇਖ ਰਹੇ ਹੈ ਲਾਉਡ ਨਿਊਜ਼।